ਕੱਲ੍ਹ ਚਾਰੇ ਪਾਸੇ ਪੂਰੇ ਸੋਸ਼ਲ ਮੀਡੀਆ ਤੇ ਛਾਏ ਹੋਏ ਤੇ ਨੰਬਰ 1 ਤੇ ਚੱਲ ਰਹੇ ਗਾਣੇ ਦੀ ਜੇਕਰ ਗੱਲ ਕਰੀਏ ਤਾਂ ਉਹ ਗਾਣਾ ਹੈ ਤੈਨੂੰ ਕਾਲਾ ਚਸ਼ਮਾ ਜੱਚਦਾ ਏ ਗੋਰੇ ਮੁਖੜੇ ਤੇ। ਤਾਂ ਅੱਜ ਅਸੀਂ ਇਸ ਗਾਣੇ ਬਾਰੇ ਖੁੱਲ੍ਹ ਕੇ ਗੱਲ ਕਰਾਂਗੇ ਕਿ ਆਖਿਰ ਕਿਵੇਂ ਇਹ ਗਾਣਾ ਲਿਖਿਆ ਗਿਆ, ਕਿਵੇਂ ਇਹ ਗਾਣਾ ਲਿਖਣ ਵਾਲੇ ਨੇ ਇਸ ਗਾਣੇ ਨੂੰ ਰਿਲੀਜ਼ ਕਰਨ ਲਈ ਕੰਪਨੀਆਂ ਦੇ ਚੱਕਰ ਕੱਢੇ, ਕਿਵੇਂ ਇਹ ਗਾਣੇ ਨੂੰ ਬਾਰ ਬਾਰ ਖਰੀਦਿਆ ਅਤੇ ਵੇਚਿਆ ਗਿਆ, ਅਤੇ ਹੁਣ ਇਹ ਗੀਤ ਲਿਖਣ ਵਾਲਾ ਬੰਦਾ ਕਿੱਥੇ ਹੈ ਅਤੇ ਕਿਵੇਂ ਦੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਇਹ ਸਾਰੀਆਂ ਗੱਲਾਂ ਅਸੀਂ ਤੁਹਾਨੂੰ ਇਸ ਖਬਰ 'ਚ ਦੱਸਾਂਗੇ। ਤਾਂ ਉਹ ਤੁਹਾਨੂੰ ਦੱਸਦੇ ਹਾਂ ਤੈਨੂੰ ਕਾਲਾ ਚਸ਼ਮਾ ਜੱਚਦਾ ਏ ਗੀਤ ਦੀ ਅਸਲ ਕਹਾਣੀ। ਤਾਂ ਗੱਲ 1990 ਦੀ ਹੈ, ਜਦੋਂ ਜਲੰਧਰ ਦੇ ਇੱਕ ਪਿੰਡ ਦੇ ਆਮ ਜਿਹੇ ਘਰ ਦਾ 15 ਸਾਲਾਂ 9ਵੀਂ ਜਮਾਤ 'ਚ ਪੜ੍ਹਦਾ ਮੁੰਡਾ ਅਮਰੀਕ ਸਿੰਘ ਸ਼ੇਰਾ ਚੰਡੀਗੜ੍ਹ ਗਿਆ। ਉਸ ਸਮੇਂ ਕਿਸੇ ਕੁੜੀ ਦਾ ਕਾਲਾ ਚਸ਼ਮਾ ਲਾਉਣਾ ਬਹੁਤ ਵੱਡੀ ਗੱਲ ਹੁੰਦੀ ਸੀ। ਅਮਰੀਕ ਵੀ ਗਾਣੇ ਲਿਖਣ ਦਾ ਸ਼ੌਕੀਨ ਸੀ, ਤਾਂ ਉਸਨੇ ਇਹ ਗਾਣਾ ਲਿਖ ਦਿੱਤਾ ਤੈਨੂੰ ਕਾਲਾ ਚਸ਼ਮਾ ਜੱਚਦਾ ਏ। ਗਾਣੇ ਦੇ ਲਿਖਣ ਤੋਂ ਬਾਅਦ ਵੱਖ ਵੱਖ ਪੰਜਾਬੀ ਗਾਇਕਾਂ ਦੇ ਅਮਰੀਕ ਨੇ ਹਾੜੇ ਕੱਢੇ, ਪਰ ਅਮਰੀਕ ਲਈ ਕਿਸੇ ਕੰਪਨੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਆਖਿਰ ਉਸਨੂੰ ਸਫਲਤਾ ਮਿਲੀ ਜਦੋਂ ਉਸਦੀ ਮੁਲਾਕਾਤ ਪੰਜਾਬੀ ਸਿੰਗਰ ਅਮਰ ਅਰਸ਼ੀ ਨਾਲ ਹੋਈ। ਤਾਂ ਪੰਜਾਬੀ ਗਾਇਕ ਅਮਰ ਅਰਸ਼ੀ ਨੇ ਇਹ ਗੀਤ ਗਾਇਆ ਜੋ ਆਖਿਰ 1991 'ਚ ਰਿਲੀਜ਼ ਹੋਇਆ। ਇਹ ਗਾਣਾ ਉਦੋਂ ਇੰਨਾ ਹਿੱਟ ਨਹੀਂ ਸੀ ਹੋਇਆ ਅਤੇ ਕੁੱਲ ਮਿਲਾ ਕੇ ਇਹ ਗਾਣਾ ਲਗਭਗ ਗਵਾਚ ਹੀ ਗਿਆ ਸੀ। ਪਰ 2016 'ਚ ਬਾਲੀਵੁੱਡ ਦੀ ਫਿਲਮ ਬਾਰ ਬਾਰ ਦੇਖੋ, ਜਿਸ 'ਚ ਸਿਧਾਰਥ ਮਲਹੋਤਰਾ ਅਤੇ ਕੈਟਰੀਨਾ ਕੈਫ ਲੀਡ ਰੋਲ 'ਚ ਸਨ, ਉਹਨਾਂ ਦੀ ਫਿਲਮ 'ਚ ਇਸੇ ਗੀਤ ਨੂੰ ਬਾਦਸ਼ਾਹ ਅਤੇ ਨੇਹਾ ਕੱਕੜ ਵੱਲੋਂ ਰੀਮਿਕਸ ਕਰਕੇ ਕੈਟਰੀਨਾ ਕੈਫ 'ਤੇ ਅਜਿਹਾ ਫਿਲਮਾਇਆ ਗਿਆ ਕਿ ਚਾਰੇ ਪਾਸੇ ਇਸ ਗੀਤ ਨੇ ਅੱਗ ਹੀ ਲਾ ਦਿੱਤੀ। ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ, ਇੱਥੋਂ ਤੱਕ ਫਿਲਮ ਨਾਲੋਂ ਜ਼ਿਆਦਾ ਪਿਆਰ ਲੋਕਾਂ ਨੇ ਇਸ ਗਾਣੇ ਨੂੰ ਦਿੱਤਾ। ਅਤੇ ਹੁਣ ਗੱਲ ਕਰਦੇ ਹਾਂ ਸਾਲ 2022 ਦੀ। ਹੁਣ ਇਹ ਗੀਤ ਪੰਜਾਬ ਜਾਂ ਭਾਰਤ 'ਚ ਹੀ ਨਹੀਂ ਬਲਕਿ ਪੂਰੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਟ੍ਰੈਂਡਿੰਗ ਗਾਣਿਆਂ 'ਚ ਚੱਲ ਰਿਹਾ ਹੈ ਅਤੇ ਦੁਨੀਆ ਦੇ ਬਹੁਤ ਪ੍ਰਸਿੱਧ ਲੋਕਾਂ, ਵੱਡੇ ਹਾਲੀਵੁੱਡ ਸਟਾਰਾਂ, ਕਲਾਕਾਰਾਂ, ਕ੍ਰਿਕਟਰਾਂ, ਫੁੱਟਬਾਲਰਾਂ ਦੀਆਂ ਡਾਂਸ ਵੀਡੀਓ ਇਸ ਗਾਣੇ ਦੇ ਉੱਤੇ ਖੂਬ ਬਣ ਰਹੀਆਂ ਨੇ ਅਤੇ ਪੂਰੇ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਨੇ। ਹਰ ਦੂਜੀ ਰੀਲ ਇਸ ਗਾਣੇ 'ਤੇ ਬਣ ਰਹੀ ਹੈ, ਜਿਸ ਨੂੰ ਮਿਲੀਅਨਸ ਦੇ ਵਿੱਚ ਵਿਊ ਮਿਲ ਰਹੇ ਨੇ। ਹਰੇਕ ਦੇਸ਼ 'ਚ ਇਸ ਗਾਣੇ ਨੇ ਧੂੜਾਂ ਪੱਟ ਰੱਖੀਆਂ ਨੇ। ਉੱਥੇ ਹੀ ਜੇਕਰ ਇਸ ਗਾਣੇ ਦੇ ਅਸਲੀ ਮਾਲਕ ਦੀ ਗੱਲ ਕਰੀਏ ਤਾਂ ਅਸਲੀ ਮਾਲਕ ਦਾ ਕਹਿਣਾ ਹੈ ਕਿ ਵੈਸੇ ਤਾਂ ਇਸ ਗਾਣੇ ਤੋਂ ਉਹਨਾਂ ਨੂੰ ਕੁਝ ਖਾਸ ਕਮਾਈ ਨਹੀਂ ਹੋਈ। ਤਾਂ ਦੱਸ ਦਈਏ ਕਿ ਜੋ ਜਾਣਕਾਰੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹ ਗਾਣਾ ਅਮਰੀਕ ਸ਼ੇਰਾ ਤੋਂ 11,000 ਰੁਪਏ ਵਿੱਚ ਲੈ ਲਿਆ ਗਿਆ ਸੀ, ਪਰ ਉਸਨੂੰ ਇਹ ਦੱਸਿਆ ਗਿਆ ਸੀ ਕਿ ਇਹ ਗਾਣਾ ਕਿਸੇ ਸੀਮਿੰਟ ਕੰਪਨੀ ਨੇ ਵਰਤਣਾ ਹੈ, ਜਿਸ ਦੇ ਚੱਲਦੇ ਉਹਨਾਂ ਇਹ ਗਾਣਾ ਅਮਰੀਕ ਸ਼ੇਰਾ ਤੋਂ 11,000 'ਚ ਸਾਈਨ ਕਰਵਾ ਲਿਆ ਸੀ। ਤਾਂ ਜੇਕਰ ਗੱਲ ਕਰੀਏ ਅਮਰੀਕ ਸ਼ੇਰਾ ਦੀ, ਤਾਂ ਤੁਹਾਨੂੰ ਦੱਸ ਦਈਏ ਕਿ ਅਮਰੀਕ ਇਸ ਵੇਲੇ ਪੰਜਾਬ ਪੁਲਿਸ 'ਚ ਬਤੌਰ ਕੌਂਸਟੇਬਲ ਭਰਤੀ ਨੇ। ਜੇਕਰ ਤੁਸੀਂ ਯੂਟਿਊਬ 'ਤੇ ਕਾਲਾ ਚਸ਼ਮਾ ਗਾਣਾ ਸੁਣਦੇ ਹੋ ਤਾਂ ਤੁਸੀਂ ਇਸ ਦੇ ਰੀਮਿਕਸ ਵਰਜਨ 'ਚ ਦੇਖੋਗੇ ਕਿ ਗਾਣੇ ਦੇ ਡਿਸਕ੍ਰਿਪਸ਼ਨ 'ਚ ਅਮਰੀਕ ਸਿੰਘ, ਜਿਸਨੇ ਇਹ ਗਾਣਾ ਲਿਖਿਆ ਹੈ, ਅਤੇ ਗਾਇਕ ਅਮਰ ਅਰਸ਼ੀ ਦਾ ਨਾਂ ਵੀ ਦਿੱਤਾ ਗਿਆ ਹੈ, ਜਿਹਨਾਂ ਇਸ ਗਾਣੇ ਨੂੰ ਸਭ ਤੋਂ ਪਹਿਲਾਂ ਗਾਇਆ ਸੀ। ਤਾਂ ਅਮਰ ਅਰਸ਼ੀ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਇਸ ਗਾਣੇ ਤੋਂ ਕੋਈ ਖਾਸ ਮਸ਼ਹੂਰੀ ਜਾਂ ਕਮਾਈ ਹਾਸਲ ਨਹੀਂ ਹੋਈ। ਬਾਕੀ ਤੁਹਾਡੇ ਇਸ ਪੂਰੀ ਜਾਣਕਾਰੀ ਬਾਰੇ ਕੀ ਵਿਚਾਰ ਨੇ, ਆਪਣੇ ਵਿਚਾਰ ਸਾਨੂੰ ਜ਼ਰੂਰ ਸਾਂਝੇ ਕਰਨਾ। ਬਿਊਰੋ ਰਿਪੋਰਟ, ਰੰਗਲਾ TV।